ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਕਿ ਫੂਡ ਸਪਲਾਈ ਪੰਜਾਬ ਮਹਿਕਮੇ ਵੱਲੋਂ ਸਾਰੇ ਹੀ ਪੰਜਾਬ ਦੇ ਪਿੰਡਾਂ ਵਿੱਚ ਰਾਸ਼ਨ ਕਾਰਡ ਧਾਰਕਾਂ 'ਤੇ ਵੱਡੀ ਅਪਡੇਟ ਜਿਹੜੀ ਹੈ ਆ ਚੁੱਕੀ ਹੈ। ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਬੈੱਲ ਆਈਕਨ ਔਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਸ ਚੈਨਲ 'ਤੇ ਰਾਸ਼ਨ ਕਾਰਡ ਸੰਬੰਧੀ ਜਿੰਨੀਆਂ ਵੀ ਵੱਡੀਆਂ ਅਪਡੇਟ ਫੂਡ ਸਪਲਾਈ ਪੰਜਾਬ ਮਹਿਕਮੇ ਵੱਲੋਂ ਜਾਂ ਫਿਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਆਉਂਦੀਆਂ ਨੇ ਉਹਦੇ ਸੰਬੰਧੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਅਤੇ ਤੁਸੀਂ ਵੀ ਸਰਕਾਰ ਵੱਲੋਂ ਮਿਲਦਾ ਫਰੀ ਰਾਸ਼ਨ ਦਾ ਪੂਰਾ ਪੂਰਾ ਲਾਭ ਜਿਹੜਾ ਲੈ ਸਕੋ। ਦੋਸਤੋ, ਸਭ ਤੋਂ ਪਹਿਲਾਂ ਜੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ 1 ਅਕਤੂਬਰ 2024 ਤੋਂ ਤੁਸੀਂ ਆਪਣੇ ਰਾਸ਼ਨ ਕਾਰਡ ਜਿਹੜੇ ਨੇ ਬਿਲਕੁਲ ਨਵੇਂ ਅਪਲਾਈ ਕਰ ਸਕਦੇ ਹੋ। ਨਵੇਂ ਅਪਲਾਈ ਕਰਨ ਦਾ ਕੰਮ ਜਿਹੜਾ ਆ 1 ਅਕਤੂਬਰ 2024 ਤੋਂ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਨੰਬਰ 2 'ਤੇ ਤੁਹਾਨੂੰ ਦੋਸਤੋ ਦੱਸ ਦਈਏ ਕਿ ਜਿਹੜੀ ਵੱਡੀ ਅਪਡੇਟ ਆਈ ਹੈ ਉਹ ਇਹ ਆਈ ਹੈਗੀ ਹੈ ਕਿ ਹੁਣ ਜਿਨ੍ਹਾਂ ਦੀ ਆਮਦਨ ਜਿਹੜੀ ਹੈਗੀ ਹੈ 90,000 ਤੱਕ ਹੈ ਉਹ ਵੀ ਵਿਅਕਤੀ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਨੇ। ਇਸ ਤੋਂ ਬਾਅਦ ਤੀਸਰੀ ਵੱਡੀ ਅਪਡੇਟ ਦੋਸਤੋ ਉਹ ਇਹ ਆਈ ਹੈਗੀ ਆ ਰਾਸ਼ਨ ਕਾਰਡ 'ਤੇ ਕਿ ਹੁਣ ਤੁਹਾਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਜਿਹੜੀ ਬਿਲਕੁਲ ਫਰੀ ਆਫ ਕੋਸਟ ਕਣਕ ਜਿਹੜੀ ਸੈਂਟਰ ਸਰਕਾਰ ਵੱਲੋਂ ਮਿਲਦੀ ਹੈ ਉਹ ਹੁਣ ਤੁਹਾਨੂੰ ਜਦੋਂ 2 ਰੁਪਏ ਦੇ ਹਿਸਾਬ ਦੇ ਨਾਲ ਕਣਕ ਮਿਲਿਆ ਕਰੇਗੀ ਉਹਦੇ ਨਾਲ ਹੀ ਤੁਹਾਡੀ ਜਿਹੜੀ ਪਰਚੀ ਆ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਫਰੀ ਕਣਕ ਮਿਲਦੀ ਹੈ ਉਹਦੇ ਨਾਲ ਹੀ ਤੁਹਾਡੀ ਕੱਟੀ ਜਾਇਆ ਕਰੇਗੀ। ਬਾਕੀ ਦੋਸਤੋ ਤੁਹਾਨੂੰ ਇਸ ਤੋਂ ਬਾਅਦ ਹੋਰ ਇੱਕ ਵੱਡੀ ਅਪਡੇਟ ਦੇ ਦਈਏ ਕਿ ਜਿਨ੍ਹਾਂ ਨੇ ਅਜੇ ਤੱਕ ਵੀ ਆਪਣੀਆਂ KYC ਨਹੀਂ ਕਰਵਾਈਆਂ ਹੋਈਆਂ ਆਪਣੇ ਪਿੰਡ ਦੇ ਡੀਪੂ ਹੋਲਡਰਾਂ ਦੇ ਦਫ਼ਤਰਾਂ ਵਿੱਚ ਜਾ ਕੇ ਹੁਣ ਜਿਹੜੀਆਂ ਮਸ਼ੀਨਾਂ ਨੇ ਇਹ ਡੀਪੂ ਹੋਲਡਰਾਂ ਨੂੰ ਦੇ ਦਿੱਤੀਆਂ ਗਈਆਂ ਨੇ। ਪਹਿਲਾਂ ਜਿਹੜੀਆਂ ਮਸ਼ੀਨਾਂ ਸੀ ਸਿਰਫ ਅਤੇ ਸਿਰਫ ਫੂਡ ਸਪਲਾਈ ਮਹਿਕਮੇ ਦੇ ਦਫ਼ਤਰਾਂ ਵਿੱਚ ਸੀ, ਉੱਥੇ ਜਾ ਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੂਰਾ ਪੂਰਾ ਪਰਿਵਾਰ ਲੈ ਕੇ ਜਾ ਰਹੇ ਸੀ ਅਤੇ ਕਿਸੇ ਦੀ KYC ਨਹੀਂ ਵੀ ਸੀ ਹੋ ਰਹੀ, ਜਿਹਦੇ ਕਰਕੇ ਲੰਮੀਆਂ ਲਾਈਨਾਂ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਰਹੀ ਸੀ। ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਤੁਸੀਂ ਆਪਣੇ ਪਿੰਡ ਦੇ ਡੀਪੂ ਹੋਲਡਰਾਂ ਦੇ ਕੋਲ ਜਾ ਕੇ ਆਪਣੇ KYC ਜਿਹੜੀ ਆਧਾਰ ਕਾਰਡ ਦੀ ਆ ਰਾਸ਼ਨ ਕਾਰਡ ਦੇ ਨਾਲ ਉਹ ਤੁਸੀਂ ਬਿਲਕੁਲ ਫਰੀ ਆਫ ਕੋਸਟ ਵਿੱਚ ਕਰਵਾ ਸਕਦੇ ਹੋ। ਅਗਲੀ ਵੱਡੀ ਅਪਡੇਟ ਦੋਸਤੋ ਤੁਹਾਨੂੰ ਦੇ ਦਈਏ ਕਿ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਹੈ ਉਹ ਤੁਹਾਨੂੰ 15 ਸਤੰਬਰ 2024 ਤੋਂ ਬਾਅਦ ਜਿਹੜਾ ਆ ਮਿਲਣ ਜਾ ਰਿਹਾ, ਜਿਹਦੇ ਵਿੱਚ ਤੁਹਾਨੂੰ ਪਰ ਮੈਂਬਰ ਨੂੰ 15 ਕਿਲੋ ਜਿਹੜੀ ਕਣਕ ਹੈ ਸਰਕਾਰ ਵੱਲੋਂ ਦਿੱਤੀ ਜਾਵੇਗੀ 2 ਰੁਪਏ ਕਿਲੋ ਵਾਲੀ। ਇਸ ਦੇ ਨਾਲ ਹੀ ਤੁਹਾਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਸਕੀਮ ਦੇ ਤਹਿਤ ਵੀ ਫਰੀ ਕਣਕ ਜਿਹੜੀ ਹੈ ਦਿੱਤੀ ਜਾਵੇਗੀ। 15 ਕਿਲੋ ਵੱਖਰੀ ਮਿਲੇਗੀ ਅਤੇ 5 ਕਿਲੋ ਦੇ ਜਿਹੜੀ ਮਿਲਣੀ ਹੈ ਉਹ ਤੁਹਾਨੂੰ ਵੱਖਰੀ ਮਿਲੇਗੀ। ਇਸ ਤੋਂ ਬਾਅਦ ਜੇਕਰ ਕੁਛ ਜ਼ਿਲ੍ਹਿਆਂ ਦੇ ਵਿੱਚ ਵੱਡੀ ਅਪਡੇਟ ਹੋਰ ਆਉਂਦੀ ਹੈ, ਜਿਹੜੀ ਇਹ ਅਪਡੇਟ ਆ ਜ਼ਿਲ੍ਹਾ ਗੁਰਦਾਸਪੁਰ ਵਿੱਚ, ਅੰਮ੍ਰਿਤਸਰ ਵਿੱਚ, ਬਟਾਲਾ ਵਿੱਚ, ਪਠਾਨਕੋਟ ਵਿੱਚ, ਹੁਸ਼ਿਆਰਪੁਰ ਵਿੱਚ, ਜਲੰਧਰ ਵਿੱਚ ਜਿਹੜੀ ਆ ਆ ਚੁੱਕੀ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ ਜਦੋਂ ਹੀ ਅਪਡੇਟ ਆਏਗੀ ਉਹਦੇ ਰਿਲੇਟਡ ਵੀ ਵੀਡੀਓ ਜਿਹੜਾ ਚੈਨਲ 'ਤੇ ਅਪਲੋਡ ਕਰ ਦਿੱਤਾ ਜਾਵੇਗਾ। ਬਾਕੀ ਹੁਣ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਬਿਲਕੁਲ ਨਵੇਂ ਅਪਡੇਟ ਕਰਨੇ ਨੇ ਰਾਸ਼ਨ ਕਾਰਡ, ਮਤਲਬ ਕਿ ਨਵੇਂ ਜਿਹੜੇ ਅਪਲਾਈ ਕਰਨੇ ਨੇ ਉਹਦੇ ਵਾਸਤੇ ਤੁਹਾਡੇ ਕੋਲ ਈ ਸ਼ਰਮ ਕਾਰਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਸਾਰੇ ਪਰਿਵਾਰ ਮੈਂਬਰਾਂ ਦੇ ਆਧਾਰ ਕਾਰਡ ਜਿਹੜੇ ਨੇ
ਅਪਡੇਟ ਹੋਏ ਹੋਣੇ ਚਾਹੀਦੇ ਨੇ, ਫਿਰ ਤੁਸੀਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਹੋ। ਇਹਦੀਆਂ ਜਿਹੜੀਆਂ ਫਾਈਲਾਂ ਨੇ ਤੁਸੀਂ ਕਿਸੇ ਵੀ ਕੰਪਿਊਟਰ ਕੈਫੇ ਸ਼ੋਪ 'ਤੇ ਜਾ ਕੇ 50-100 ਰੁਪਏ ਦੀ ਫਾਈਲ ਜਿਹੜੀ ਆ ਲੈ ਸਕਦੇ ਹੈਗੇ ਹੋ, ਠੀਕ ਹੈ ਜੀ। ਇਸ ਤੋਂ ਬਾਅਦ ਤੁਸੀਂ ਇਹਨੂੰ ਫਾਈਲ ਨੂੰ ਭਰ ਕੇ ਆਪਣੇ ਪਿੰਡ ਦੇ ਡੀਪੂ ਹੋਲਡਰ ਨੂੰ 1 ਅਕਤੂਬਰ ਤੋਂ ਬਾਅਦ ਜਮ੍ਹਾਂ ਕਰਵਾ ਸਕਦੇ ਹੋ। ਇਹ ਸਾਰਾ ਹੀ ਕੰਮ ਜਿਹੜਾ ਔਫਲਾਈਨ ਜਿਹੜਾ ਹੋਏਗਾ, ਅਤੇ ਡੀਪੂ ਹੋਲਡਰ ਜਿਹੜੀਆਂ ਫਾਈਲਾਂ ਨੇ ਉਹ ਤੁਹਾਡੀਆਂ ਫੂਡ ਸਪਲਾਈ ਮਹਿਕਮੇ 'ਚ ਜਮ੍ਹਾਂ ਕਰਵਾ ਦੇਵੇਗਾ। ਉਸ ਤੋਂ ਬਾਅਦ ਤੁਹਾਡੀਆਂ ਫਾਈਲਾਂ ਜਿਹੜੀਆਂ ਔਨਲਾਈਨ ਕੀਤੀਆਂ ਜਾਣਗੀਆਂ। ਧੰਨਵਾਦ।